ਗੁਰਦਾਸਪੁਰ ਨੂੰ ਜਾ ਰਹੇ ਬਾਹਰ ਬਾਈਪਾਸ ਦੇ ਘਰਾਲ ਬਾਈਪਾਸ ਦੇ ਲਾਗੇ ਅਤੇ ਕੋਈ ਅਨਨੋਨ ਗੱਡੀ ਉਹਨਾਂ ਨੂੰ ਫੇਟ ਮਾਰ ਕੇ ਤਾਂ ਚੱਲ ਗਈ ਹੈ, ਜਿਸ ਦੇ ਨਾਲ ਫੈਟ ਵੱਜਣ ਦੇ ਨਾਲ ਉਹਨਾਂ ਦਾ ਦੋਵਾਂ ਦੇ ਐਕਸਪਾਇਰ ਹੋ ਗਏ ਨੇ, ਜਿਹਨਾਂ ਦਾ ਨਾਂ ਹੈਗੇ ਆ ਜੀ ਆਪਣੇ ਇੱਕ ਪ੍ਰਿੰਸ ਆ ਅਤੇ ਦੂਜਾ ਬੱਬੂ ਵੀ ਦੋਵੇਂ ਸਕੇ ਭਰਾ ਨੇ, ਅਤੇ ਡੈਡੀ ਉਹਨਾਂ ਦਾ ਹੈਗਾ ਰਸਪਾਲ ਸਿੰਘ, ਉਹ ਵੀ ਪੰਜਾਬ ਪੁਲਿਸ ਵਿੱਚ ਮੁਲਾਜ਼ਮ ਆ, ਫਲੋਰ ਅਪਰ ਕਰ ਰਿਹਾ ਵਾ ਅਤੇ ਜਿਹੜੀ ਬੋਡੀ ਅਸੀਂ ਲੈ ਕੇ ਜਾ ਰਹੇ ਹਾਂ ਤਾਂ ਹੁਣ ਜੋ ਵੀ ਕਾਰਵਾਈ ਉਹਨਾਂ ਦੇ ਬਿਆਨਾਂ ਉੱਤੇ ਜੋ ਲਿਖਾਉਣਗੇ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇ। ਕਿੱਥੋਂ ਦੇ ਰਹਿਣ ਵਾਲੇ ਨੇ? ਇਹ ਜੀ ਬਟਾਲਾ, ਬਟਾਲੇ ਦੇ ਰਹਿਣ ਵਾਲੇ ਸਿੰਬਲ ਚੌਂਕ। ਠੀਕ ਹੈ ਜੀ, ਆਪਣੇ ਬਟਾਲੇ ਤੋਂ ਆ ਰਹੇ ਸੀ ਅਤੇ ਅੱਗੇ ਪਤਾ ਨਹੀਂ ਕਿਹੜੀ ਸ਼ਹਿਰ ਨੂੰ ਜਾ ਰਹੇ ਸੀ, ਮੇਰੇ ਹਿਸਾਬ ਨਾਲ ਧਾਰੀਵਾਲ ਜਾ ਰਹੇ ਸੀ, ਆਪਣੇ ਦੀਨਾਨਗਰ ਜਾ ਰਹੇ ਸੀ। ਸਾਡੇ ਵੱਲੋਂ ਜੀ ਹੁਣ ਤਾਂ ਬਾਡੀਆਂ ਨੇ ਚੁੱਕ ਕੇ ਅਸੀਂ ਤਾਂ ਸਿਵਲ ਹੋਸਪਿਟਲ ਭੇਜੀਆਂ ਵਾ ਪੋਸਟਮਾਰਟਮ ਕਰਾਉਣ ਵਾਸਤੇ, ਬਾਕੀ ਜੋ ਵੀ ਪ੍ਰਤੀ ਚੱਲੂਗੀ ਟਰੇਸ ਕਰਕੇ ਮੰਗਾਵਾਂ ਅਤੇ ਆਪਾਂ ਦੋਸ਼ੀਆਂ ਨੂੰ ਕਾਬੂ ਕਰਾਂਗੇ ਆਪਾਂ।